ਜਦੋਂ 1.5 ਮੈਗਾਵਾਟ ਲੱਗੇਗਾ ਤਕਰੀਬਨ 2000 ਟਨ ਜਿਹੜੀ ਆ ਉਸ ਸਾਲ ਦੀ ਕਾਰਬਨ ਡਾਈਆਕਸਾਈਡ ਨਹੀਂ ਬਣੇਗੀ। ਇਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਆਕਸੀਜਨ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਅਤੇ ਸਾਡੇ ਬੱਚੇ ਜਿਹੜੇ ਉਹ ਜੰਮਦੇ ਦਮੇ ਦੇ ਸ਼ਿਕਾਰ ਹੋ ਰਹੇ ਹਨ। ਉਹਨਾਂ ਨੂੰ ਬਚਾਉਣ ਲਈ ਇੱਕ ਇਹ ਨਿੱਕਾ ਜਿਹਾ ਉਪਰਾਲਾ ਹੈਗਾ, ਉਹ ਜੀ ਸ਼ੁਰੂਆਤ ਅਸੀਂ ਦਰਬਾਰ ਸਾਹਿਬ ਤੋਂ ਸ਼ੁਰੂ ਕੀਤੀ ਆ। ਆਪਣਾ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ। ਗੁਰੂ ਰਾਮਦਾਸ ਦੇ ਘਰ 'ਚ ਦਾਨ ਨਹੀਂ ਦਿੱਤਾ ਜਾਂਦਾ, ਭੇਟਾ ਦਿੱਤੀ ਜਾਂਦੀ ਹੈ।